ਕਿ ਜੀਕੇ ਸਿੰਘ ਹੋਰਾਂ ਵਾਲਾ ਮਸਲਾ ਚੱਲਿਆ ਬਾਹਰ ਉਹਦੇ ਉੱਤੇ ਵੀ ਸਵਾਲ ਉੱਠਦੇ ਰਹੇ ਕਿਉਂਕਿ ਉਹਦੇ ਪਿੱਛੇ ਖੜਾ ਜਿਹੜਾ ਵਿਅਕਤੀ ਸੀ ਉਹਨਾਂ ਦਾ ਖਾਸ ਸੀਗਾ ਵੀ ਉਹ ਇੱਕ ਸਾਜ਼ਿਸ਼ ਸੀਗੀ ਅਦਰ ਉਹ ਪਿੱਛੇ ਦੇ ਗੁਰਪਤਨ ਸਿੰਘ ਉਹ ਬਾਹਰ ਜਾ ਕੇ ਆਏ ਆ ਇਹ ਵੀ ਕਿਤੇ ਉਹਦਾ ਇੱਕ 파ਟ ਤਾਂ ਨਹੀਂ ਸੀ ਫਿਰ ਵੀ ਉੱਥੇ ਕਰਾਇਆ ਜਾਵੇ ਇਹ ਆਪਣਾ ਇਹਨਾਂ ਦਾ ਆਪਣਾ ਲਾਲਚ ਵੀ ਹੈ ਜਿਹੜਾ ਬਾਹਰ बार-बार ਬਾਹਰ ਜਾਣਾ ਨਾ ਇਹਨਾਂ ਦਾ ਲਾਲਚ ਹੈ ਗ੍ਰੰਥੀਆਂ ਦਾ ਉਹ ਐਸਾ ਨਹੀਂ ਤੇ ਪ੍ਰਬੰਧ ਹਾਂ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਾਹਰ ਜਾਵੇ ਤੇ ਮਤਲਬ ਕੋਈ ਆਸ ਰੱਖੇ ਉਥੋਂ ਤੇ ਕਿੱਡੀ ਮਾੜੀ ਗੱਲ ਹੈ ਹੂੰ ਤੋ ਇਹ ਜਿਹੜਾ ਗ੍ਰਾਂਥੀਆਂ ਦਾ ਬਾਹਰ ਜਾਣਾ ਉਤੇ ਪੈਸੇ ਦਾ ਲਾਗਾ ਸਰ ਇੱਕ ਤੁਸੀਂ ਸਵਾਲ ਉਠਾਇਆ ਕਿ ਉਹਦੇ ਕੋਲੇ ਚਿੱਠੀਆਂ ਨੇ ਉਹ ਜਿਹੜੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਰਾਜਨੀਤਿਕ ਸੀਟਾਂ ਨੇ ਦੇ ਜਿਹਦੇ ਸਿਆਸਤ ਆ ਉਹਦੇ ਵਿੱਚ ਤਾਂ ਇਹ ਮੰਨੀਆਂ ਜਾਂਦੀਆਂ ਕਿ ਲੋਕ ਬੜਾ ਕੁਝ ਰੱਖਦੇ ਆ ਬਲੈਕਮੇਲ ਕਰਦੇ ਆ ਉਹਨੂੰ ਆਪਣੇ ਤਰੀਕੇ ਦੇ ਨਾਲ ਢਾਲਦੇ ਆ ਕਦੀ ਇਹ ਜਿਹੜੀਆਂ ਧਾਰਮਿਕ ਇਹ ਅਹੁਦੇ ਨੇ ਬਹੁਤ ਉੱਚਾ ਜਿਹੜਾ ਨਹੀਂ ਅਹੁਦਾ ਸੀਗਾ ਇਹ ਕਿਸੇ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਬੜੀ ਅਸਲੀਅਤ ਆ ਕਿ ਇੱਕ ਤਾਂ ਉਹ ਬਿਲਡਿੰਗ ਢਾਈ ਸੀਗੀ ਉਹ ਤਾਂ ਬਣ ਗਈ ਦੁਬਾਰਾ ਬਹੁਤ ਸਟਰੋਂਗ ਪਰ ਜਿਹੜਾ ਇਹ ਲੋਕਮਨਾਂ ਦੇ ਵਿੱਚੋਂ ਢਾ ਦਿੱਤਾ ਗਿਆ ਹੁਣ ਇਹ ਕਿਵੇਂ ਜਿਹੜਾ ਜੀ ਉਹ ਬਣੂਗਾ ਇੱਥੇ ਬੈਠੇ ਜਿਹੜੇ ਲੋਕ ਨੇ ਜਦੋਂ ਇਦਾਂ ਦੀਆਂ ਚਾਲਾਂ ਚੱਲਣ ਜਿਹੜੀ ਤੁਸੀਂ ਗੱਲ ਕਰਦੇ ਕੋਈ ਮੇਰੇ ਕੋਲ ਚਿੱਠੀਆਂ ਨਹੀਂ ਫਿਰ ਮੈਂ ਦੱਸ ਦੂੰਗਾ ਜੀ ਹਾਂ ਇਹ ਕਦੀ ਪਹਿਲਾਂ ਹੋਇਆ ਸੁਣਿਆ ਸੀਗਾ ਅਸਲ 'ਚ ਜਦੋਂ ਇਹ ਕੰਮ ਕਰਦੇ ਆ ਨਾ ਜਦੋਂ ਚਿੱਠੀਆਂ ਦਿੰਦੇ ਆ ਉਦੋਂ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਗੱਲ ਇੱਥੋਂ ਤੱਕ ਪਹੁੰਚ ਜਾਣੀ ਆ ਤੇ ਇਹ ਸਾਡੇ ਪ੍ਰੂਫ ਬਣ ਜਾਣੇ ਉਦੋਂ ਤੱਕ ਇਹ ਸਮਝਦੇ ਇਹ ਸਾਡੇ ਨੌਕਰ ਆ ਇਹ ਸਾਡੇ ਸੇਵਕ ਨੇ ਚਾਰਨ ਸੇਵਕ ਨੇ ਜਿੱਥੇ ਬਿਠਾਵਾਂਗੇ ਉਥੇ ਬੈਠੇ ਰਹਿਣਗੇ ਪਰ ਤੁਸੀਂ ਦੇਖੋ ਵੀ ਇੱਕ ਸਤਾ ਆ ਇੱਕ ਇੱਕ ਸਮਾਜ ਆ ਜਿਹਦੇ ਵਿੱਚ ਅਸੀਂ ਦੇਖਦੇ ਆ ਕਿ ਕੱਲ ਤੱਕ ਟੌੜਾ ਸੀ ਉਹਨੇ ਉਹਦੇ ਨਾਲ ਬੜੇ ਕਮਿਟਮੈਂਟਸ ਸੀਗੇ ਜਿਨ੍ਹਾਂ ਦੀ ਬੜਾ ਲੰਬਾ ਸਮਾਂ ਰਹੇ ਤੇ ਜਦੋਂ ਮਾੜਾ ਸਮਾਂ ਆਇਆ ਤੇ ਬਾਦਲ ਦੀ ਸਤਾ ਆਈ ਤੇ ਉਹ ਬਾਦਲ ਨੇ ਤੋਤੇ ਟੋਕਾ ਧਰਿਆ ਤਾਂ ਸਾਰੇ ਬੰਦ ਛੱਡ ਗਏ ਟੌੜਾ ਸਾਹਿਬ ਨੂੰ ਹੁਣ ਬਾਦਲ ਨੇ ਜਿੰਨਾਂ ਨੂੰ ਸਾਲੋਂ ਸਾਲ ਪਾਲਿਆ ਤੋ ਉਹ ਆ ਜੋ ਜੋ ਅਖਾਵ ਖਾ ਰਹੇ ਉਹਨੂੰ ਵੀ ਕਿਉਂਕਿ ਸਤਾ ਨਹੀਂ ਰਹੀ ਹੂੰ ਤੋ ਇਹ ਸਤਾ ਜਿਹੜੀ ਆ ਇਹਦਾ ਸੁਖ ਨਹੀਂ ਸਹਿਜ ਤੇ ਸਦਾਂਤ ਨਾਲ ਨਿਭਦੇ ਹਮੇਸ਼ਾ ਇਹ ਲੀਡਰ ਭੁੱਲ ਜਾਂਦੇ ਨੇ ਤੋ ਘਟੋ ਘਟ ਜਿਹੜੀ ਪੰਥਕ ਪ੍ਰਣਾਲੀ ਆ ਇਹਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਦੀ 100 ਸਾਲ ਦੀ ਜਿਹੜੀ ਉਮਰ ਹੋ ਗਈ ਆ ਇਹਨੂੰ ਇੱਕ ਬੜਾ ਪੱਕਾ ਯਕੀਨ ਹੋ ਜਾਣਾ ਚਾਹੀਦਾ ਸੀ ਵੀ ਇੱਥੇ ਚਲਾਕੀਆਂ ਨਹੀਂ ਚੱਲਣੀਆਂ ਇਹ ਸਦਾਂਤ ਗੁਰੂ ਸਾਹਿਬ ਦੇ ਨਿਭਦੇ ਨੇ ਸਿੱਖੀ ਦੇ ਨਾਲ ਸਿੰਸਪ ਜਿਹੜੀ ਸੱਤਾ ਦੀ ਤੁਸੀਂ ਗੱਲ ਕਰਦੇ ਹੋ ਰਾਜਨੀਤੀ ਆ ਉਹਦੇ ਵਿੱਚ ਕਹਿੰਦੇ ਆ ਕਿ ਸਭ ਕੁਝ ਜਾਇਜ਼ ਹੁੰਦਾ ਮਾੜਾ ਚੰਗਾ ਬੇਈਮਾਨੀਆਂ ਹੇਰਾਫੇਰੀਆਂ ਸਭ ਕੁਝ ਜਿਹੜਾ ਜੀ ਉਹਦੇ ਵਿੱਚ ਕੀਤਾ ਜਾਂਦਾ ਗੱਲ ਅਕਾਲ ਤਖਤ ਦੇ ਜਿਹੜੇ ਦੀ ਉਹ ਜਥੇਦਾਰ ਦੀ ਆ ਕੀ ਉਹਨੂੰ ਸਿਆਸਤ ਦਾ ਅਖਾੜਾ ਬਣਾ ਦਿੱਤਾ ਗਿਆ ਜਿਹਦੇ ਕਰਕੇ ਇਹਨਾਂ ਕੁਝ ਅਸਲ 'ਚ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਿਆਸਤ ਸਿਖਾਈ ਆ ਨਾ ਜੀ ਉਹ ਰੰਗਜੀਤ ਵਾਲੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਗੁਰੂ ਗੋਬਿੰਦ ਸਿੰਘ ਵਾਲੀ ਆ ਉਹ ਰੰਗਜੀਵ ਜਿਹੜਾ ਉਹ ਸਵਾਰਥ ਲਈ ਪਿਓ ਨੂੰ ਕੈਦ ਕਰ ਸਕਦਾ ਭੈਣ ਨੂੰ ਕੈਦ ਕਰ ਸਕਦਾ ਭਰਾ ਨੂੰ ਕਤਲ ਕਰ ਸਕਦਾ ਪਰ ਸਾਨੂੰ ਮਨੁੱਖੀ ਅਧਿਕਾਰਾਂ ਲਈ ਤੇ ਸਮਾਜ ਲਈ ਕਿਤੇ ਗਰੀਬਾਂ ਲਈ ਨਾਟਾਣੇ ਲਈ ਆਪਣਾ ਸੀਸ ਦੇਣਾ ਪਵੇ ਤਸਵੀਰ ਦਾ ਦਾਨ ਕਰਕੇ ਕੁਰਬਾਨੀ ਕਰਕੇ ਦੱਸਣਾ ਵੀ ਇਦਾਂ ਕੀਤੀ ਜਾਂਦੀ ਹੈ ਤੇ ਉਹ ਉਹ ਸਮੱਸਿਆ ਦਾ ਹੱਲ ਪਰਿਵਾਰ ਵਾਰ ਕੇ ਬਣਾ ਕੇ ਨਹੀਂ ਇਹ ਇਹ ਰਾਜਨੀਤੀ ਦਾ ਫਰਕ ਹੈ ਇਹਨੂੰ ਹੀ ਬਾਬੇ ਕੇ ਤੇ ਬਾਬਰ ਕੇ ਕਿਹਾ ਗਿਆ ਅਕਾਲ ਤਖਤ ਜਿਹੜਾ ਇਸ ਵੱਖ ਨਹੀਂ ਅਸੀਂ ਗਿਣ ਸਕਦੇ ਤਾਂ ਅਕਾਲ ਤਖਤ ਦੀ ਰਾਜਨੀਤੀ ਜਿਹੜੀ ਉਹ ਅਕਾਲ ਪੁਰਖ ਦੇ ਮਨ ਨੂੰ ਪਾਉਂਦੀ ਕੁਦਰਤੀ ਹੈ ਉਹ ਕੁਦਰਤੀ ਰਾਜਨੀਤੀ ਦਾ ਪ੍ਰਤੀਕ ਗੁਰੂ ਘਰ ਆ ਗੁਰੂ ਨਾਨਕ ਦਾ ਨਿਜ਼ਾਮ ਆ ਜਿਸ ਇਸ ਪੈਟਰਨ ਤੇ ਅਕਾਲੀ ਦਲ ਬਣਿਆ ਲੇਕਿਨ ਦੁਖ ਦੀ ਗੱਲ ਹੈ ਕਿ ਅਕਾਲੀ ਦਲ ਬਣਿਆ ਸੀ ਇਹ ਇਹ ਸਿਧਾਂਤ ਇਹ 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 ਗੁਰੂ ਦਾ ਮਿਸ਼ਨ ਸੰਭਾਲਣ ਲਈ ਅੱਜ ਉਸ ਅਕਾਲੀ ਦਲ ਨੇ ਸਤਾ ਹਸਲ ਕਰਕੇ ਇਸ ਪੌੜੀ ਨਾਲ ਇਹਨੂੰ ਹੀ ਖਤਮ ਕਰਤਾ